हेलो स्टूडेंट्स, अज दे लैक्चर च असी गल करांगे हाइड्रोलिक ब्रेक बारे। लास्ट लैक्चर दे विच असी ड्रम ब्रेक एंड मकैनिकल ब्रेक बारे स्टडी किया सीगा। अज असी हाइड्रोलिक ब्रेक नू डिस्कस करते हैं। हाइड्रोलिक ब्रेक की चीज़ है, कित्थे यूज हुंदी है, की कंपोनेंट्स ने, की वर्किंग है, की प्रिंसीपल है, सब कुछ असी इहदे च स्टडी करांगे हाइड्रोलिक ब्रेक बारे। मे बी तुसी पहले भी स्टडी किया होएगा इहनू, ਤੁਸੀਂ ਇਹਨੂੰ ਬੀ ਟੀ ਐਚ ਪੀ ਦੇ ਵਿੱਚ ਸਟੱਡੀ ਕੀਤਾ ਹੋਏਗਾ, ਬੇਸਿਕਸ ਆਫ ਥਰਮਲ ਐਂਡ ਹਾਈਡਰੋਲਿਕਸ ਦੇ ਵਿੱਚ ਸਟੱਡੀ ਕੀਤਾ ਹੋਏਗਾ। ਉਹਦੇ ਵਿੱਚ ਤੁਸੀਂ ਇਹਦੇ ਬਾਰੇ ਪ੍ਰਿੰਸੀਪਲ ਵੀ ਪੜ੍ਹਦਿਆ ਹੋਏਗਾ, ਵਰਕਿੰਗ ਵੀ ਪੜ੍ਹਦੀ ਹੋਏਗੀ, ਠੀਕ ਹੈ। ਸਾਰੇ ਕੰਪੋਨੈਂਟਸ ਪੜ੍ਹਦੇ ਹੋਣਗੇ, ਉਹੀ ਆਪਾਂ ਰਿਪੀਟ ਕਰਦੇ ਹਾਂ ਇੱਕ ਵਾਰ ਦੁਬਾਰਾ। ਹੁਣ ਆਪਾਂ ਚੈਸੀ ਬੋਡੀ ਐਂਡ ਟਰਾਂਸਮਿਸ਼ਨ ਪੁਆਇੰਟ ਆਫ ਵਿਊ ਤੁਹਾਨੂੰ ਦੇਖਾਂਗੇ। ਅੱਗੇ ਅਸੀਂ ਬੀ ਟੀ ਐਚ ਈ ਦੇ ਹਿਸਾਬ ਦੇ ਨਾਲ ਇਹਨੂੰ ਪੜ੍ਹਿਆ ਸੀਗਾ। ਸੋ ਸਭ ਤੋਂ ਪਹਿਲੇ ਉਹ ਕੀ ਕਹਿੰਦੇ ਨੇ, ਬ੍ਰੇਕਸ ਵਿਚ ਆਰ ਓਪਰੇਟਿਡ ਬਾਈ ਮੀਨਸ ਆਫ ਹਾਈਡਰੋਲਿਕ ਪ੍ਰੈਸ਼ਰ ਔਰ ਫਲੂਇਡ ਪ੍ਰੈਸ਼ਰ ਆਰ ਨੋਨ ਐਜ਼ ਹਾਈਡਰੋਲਿਕ ਬ੍ਰੇਕਸ। ਸਭ ਤੋਂ ਪਹਿਲੇ ਉਹਨਾਂ ਨੇ ਕੀ ਕਿਹਾ ਵੀ ਆਪਾਂ ਹਾਈਡਰੋਲਿਕ ਬ੍ਰੇਕ ਕਹਿੰਦੇ ਕਿਹਨੂੰ ਆ? ਅਸੀਂ ਹਾਈਡਰੋਲਿਕ ਬ੍ਰੇਕ ਕਹਿੰਦੇ ਹਾਂ ਉਹ ਬ੍ਰੇਕ ਜਿਹੜੀ ਹਾਈਡਰੋਲਿਕ ਪ੍ਰੈਸ਼ਰ ਦੇ ਨਾਲ ਜਾਂ ਫਿਰ ਫਲੂਇਡ ਪ੍ਰੈਸ਼ਰ ਦੇ ਨਾਲ ਉਹਨੂੰ ਅਸੀਂ ਓਪਰੇਟ ਕਰਦੇ ਹਾਂ। ਉਹ ਬ੍ਰੇਕ ਜਿਹੜੀ ਹਾਈਡਰੋਲਿਕ ਪ੍ਰੈਸ਼ਰ ਦੇ ਨਾਲ ਜਾਂ ਫਲੂਇਡ ਪ੍ਰੈਸ਼ਰ ਦੇ ਨਾਲ ਓਪਰੇਟ ਹੋਏਗੀ ਉਹਨੂੰ ਅਸੀਂ ਹਾਈਡਰੋਲਿਕ ਬ੍ਰੇਕ ਕਹਾਂਗੇ। ਇੱਕ ਗੱਲ ਤੁਹਾਨੂੰ ਕਲੀਅਰ ਹੋ ਜਾਣੀ ਚਾਹੀਦੀ ਹੈ ਵੀ ਹਾਈਡਰੋਲਿਕ ਪ੍ਰੈਸ਼ਰ ਜਾਂ ਫਲੂਇਡ ਪ੍ਰੈਸ਼ਰ ਦੇ ਨਾਲ ਜਿਹੜੀ ਬ੍ਰੇਕ ਓਪਰੇਟ ਹੁੰਦੀ ਵੀ ਉਹਨੂੰ ਅਸੀਂ ਹਾਈਡਰੋਲਿਕ ਬ੍ਰੇਕ ਕਹਿੰਦੇ ਪਏ ਹਾਂ। ਅੱਗੋ ਕੀ ਕਹਿੰਦੇ, ਮੋਸਟ ਆਫ ਦੀ ਕਾਰਸ ਟੂਡੇ ਯੂਜ਼ ਹਾਈਡਰੋਲਿਕ ਬ੍ਰੇਕਸ ਓਪਰੇਟਿਡ ਬਾਈ ਫੁੱਟ ਔਨ ਆਲ ਦੀ ਫੋਰ ਵੀਲਸ ਵਿਦ ਐਨ ਅਡੀਸ਼ਨਲ ਹੈਂਡ ਬ੍ਰੇਕ ਮਕੈਨੀਕਲੀ ਓਪਰੇਟਿਡ ਔਨ ਦੀ ਰੀਅਰ ਵੀਲਸ। ਜਿੰਨੀਆਂ ਵੀ ਕਾਰਾਂ ਨੇ, ਕਹਿੰਦੇ ਅੱਜ ਕੱਲ੍ਹ ਜਿੰਨੀਆਂ ਵੀ ਕਾਰਾਂ ਨੇ ਸਾਰਿਆਂ ਦੇ ਵਿੱਚ ਹਾਈਡਰੋਲਿਕ ਬ੍ਰੇਕ ਹੀ ਆਪਾਂ ਯੂਜ਼ ਕਰਦੇ ਪਏ ਹਾਂ, ਜਿਹਨੂੰ ਅਸੀਂ ਫੁੱਟ ਦੇ ਨਾਲ ਓਪਰੇਟ ਕਰਦੇ ਹਾਂ, ਠੀਕ ਹੈ। ਅਸੀਂ ਦੇਖਿਆ ਹੋਏਗਾ ਬ੍ਰੇਕ ਆਪਣੇ ਕਾਰਾਂ ਦੇ ਵਿੱਚ, ਜਿਹੜੀ ਸਾਡੀ ਪ੍ਰਾਈਮਰੀ ਬ੍ਰੇਕਸ ਨੇ ਉਹ ਫੁੱਟ ਬ੍ਰੇਕਸ ਨੇ, ਜਿਨ੍ਹਾਂ ਨੂੰ ਅਸੀਂ ਫੁੱਟ ਦੇ ਨਾਲ ਓਪਰੇਟ ਕਰਦੇ ਹਾਂ। ਉਹ ਕਹਿੰਦੇ ਹਰ ਗੱਡੀ ਦੇ ਵਿੱਚ ਹਾਈਡਰੋਲਿਕ ਬ੍ਰੇਕ ਯੂਜ਼ ਹੁੰਦੀ ਪਈ ਹੈ, ਜਿਹਨੂੰ ਅਸੀਂ ਫੁੱਟ ਦੇ ਨਾਲ ਓਪਰੇਟ ਕਰਦੇ ਪਏ ਹਾਂ ਔਨ ਆਲ ਦੀ ਫੋਰ ਵੀਲਸ। ਅਤੇ ਉਹ ਜਿਹੜੀ ਫੁੱਟ ਬ੍ਰੇਕ ਹੈ, ਹਾਈਡਰੋਲਿਕ ਬ੍ਰੇਕ ਹੈ ਜਿਹੜੀ ਫੁੱਟ ਨਾਲ ਓਪਰੇਟ ਹੁੰਦੀ ਪਈ ਹੈ, ਉਹ ਚਾਰੋਂ ਦੇ ਚਾਰੋਂ ਵੀਲਸ 'ਤੇ ਆਪਣਾ ਫਲੂਇਡ ਪ੍ਰੈਸ਼ਰ ਭੇਜਦੀ ਪਈ ਹੈ ਅਤੇ ਚਾਰੋਂ ਵੀਲਸ ਦੇ ਉੱਤੇ ਬ੍ਰੇਕ ਅਪਲਾਈ ਹੁੰਦੀ ਪਈ ਹੈ। ਉਹ ਨਾਲ ਕੀ ਕਹਿੰਦੇ ਨੇ, ਵਿਦ ਐਨ ਅਡੀਸ਼ਨਲ ਹੈਂਡ ਬ੍ਰੇਕ। ਕਹਿੰਦੇ ਗੱਡੀਆਂ ਦੇ ਵਿੱਚ ਚਾਰ ਹਾਈਡਰੋਲਿਕ ਬ੍ਰੇਕਸ ਤੇ ਹੋਣਗੀਆਂ, ਨਾਲ ਇੱਕ ਅਡੀਸ਼ਨਲ ਹੈਂਡ ਬ੍ਰੇਕ ਵੀ ਹੋਏਗੀ। ਉਹ ਜਿਹੜੀ ਹੈਂਡ ਬ੍ਰੇਕ ਹੈ ਉਹ ਮਕੈਨੀਕਲੀ ਓਪਰੇਟ ਕੀਤੀ ਜਾਏਗੀ ਰੀਅਰ ਵੀਲਸ 'ਤੇ, ਜਿਹੜੇ ਰੀਅਰ ਵੀਲਸ ਹੋਣਗੇ ਉਹਨਾਂ 'ਤੇ ਓਪਰੇਟ ਕੀਤੀ ਜਾਏਗੀ ਹੈਂਡ ਬ੍ਰੇਕ। ਹੈਂਡ ਬ੍ਰੇਕ ਤਾਂ ਅਸੀਂ ਕੱਲ੍ਹ ਵੀ ਸਟੱਡੀ ਕੀਤਾ ਸੀਗਾ, ਹੈਂਡ ਬ੍ਰੇਕ ਜਿਹੜੀ ਹੈ ਉਹ ਮਕੈਨੀਕਲੀ ਕੰਮ ਕਰਦੀ ਹੈ, ਹਾਈਡਰੋਲਿਕ ਬ੍ਰੇਕ ਜਿਹੜੀ ਹੈ ਉਹ ਸਿਰਫ ਵੀਲਸ 'ਤੇ ਕੰਮ ਕਰੇਗੀ। ਜਿਹਨੂੰ ਅਸੀਂ ਫੁੱਟ ਦੇ ਨਾਲ ਓਪਰੇਟ ਕਰਾਂਗੇ ਉਹ ਮਕੈਨੀਕਲੀ ਕੰਮ ਨਹੀਂ ਕਰੇਗੀ, ਉਹ ਹਾਈਡਰੋਲਿਕਲੀ ਕੰਮ ਕਰੇਗੀ। ਸੋ ਇੱਕ ਕਾਰ ਦੇ ਵਿੱਚ ਆਪਾਂ ਦੋ ਤਰ੍ਹਾਂ ਦੀਆਂ ਬ੍ਰੇਕਾਂ ਯੂਜ਼ ਕਰਦੀਆਂ, ਇੱਕ ਮਕੈਨੀਕਲ ਅਤੇ ਇੱਕ ਹਾਈਡਰੋਲਿਕ। ਹਾਈਡਰੋਲਿਕ ਬ੍ਰੇਕਸ ਉਹ ਜਿਹੜੀਆਂ ਫੁੱਟ ਦੇ ਨਾਲ ਓਪਰੇਟ ਹੋਣਗੀਆਂ, ਜਿਹੜੀਆਂ ਵੀਲਸ ਨੂੰ ਰੋਕਣਗੀਆਂ, ਚਾਰੋਂ ਵੀਲਸ ਨੂੰ ਰੋਕਣਗੀਆਂ। ਅਤੇ ਮਕੈਨੀਕਲ ਬ੍ਰੇਕ ਕਿਹੜੀ ਹੋਏਗੀ, ਜਿਹੜੀ ਹੈਂਡ ਦੇ ਨਾਲ ਓਪਰੇਟ ਹੋਏਗੀ, ਜਿਹਨੂੰ ਅਸੀਂ ਹੈਂਡ ਬ੍ਰੇਕ ਜਾਂ ਪਾਰਕਿੰਗ ਬ੍ਰੇਕ ਜਾਂ ਐਮਰਜੈਂਸੀ ਬ੍ਰੇਕ ਵੀ ਕਹਿੰਦੇ ਹਾਂ। ਅਤੇ ਉਹ ਕੀ ਕਰੇਗੀ, ਉਹ ਸਿਰਫ ਅਤੇ ਸਿਰਫ ਰੀਅਰ ਵੀਲਸ ਨੂੰ ਰੋਕੇਗੀ, ਅਤੇ ਉਹਦਾ ਕੰਮ ਕਰਨ ਦਾ ਜਿਹੜਾ ਵੇ ਹੋਏਗਾ ਉਹ ਮਕੈਨੀਕਲ ਹੋਏਗਾ। ਉਹਦੇ 'ਚ ਫਲੂਇਡ ਪ੍ਰੈਸ਼ਰ ਦਾ ਕੋਈ ਸੀਨ ਨਹੀਂ ਹੋਏਗਾ, ਫਲੂਇਡ ਪ੍ਰੈਸ਼ਰ ਦਾ ਕੋਈ ਲਿੰਕ ਨਹੀਂ ਹੋਏਗਾ। ਸੋ ਇੰਨਾ ਆਪਾਂ ਨੂੰ ਕਲੀਅਰ ਹੋ ਗਿਆ ਵੀ ਹਾਈਡਰੋਲਿਕ ਬ੍ਰੇਕ ਆਪਾਂ ਉਹਨੂੰ ਕਹਿੰਦੇ ਹਾਂ ਜਿਹੜੀ ਹਾਈਡਰੋਲਿਕ ਪ੍ਰੈਸ਼ਰ ਜਾਂ ਫਲੂਇਡ ਪ੍ਰੈਸ਼ਰ ਨਾਲ ਕੰਮ ਕਰੇ। ਜਿੰਨੀਆਂ ਵੀ ਕਾਰਾਂ ਨੇ ਸਾਰਿਆਂ ਦੇ ਵਿੱਚ ਹਾਈਡਰੋਲਿਕ ਬ੍ਰੇਕਸ ਯੂਜ਼ ਹੁੰਦੀਆਂ ਪਈਆਂ, ਜਿਹੜੀਆਂ ਫੁੱਟ ਦੇ ਨਾਲ ਆਪਾਂ ਅਸੀਂ ਅਪਲਾਈ ਕਰਦੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਇੱਕ ਕਾਰ ਦੇ ਵਿੱਚ ਇੱਕ ਅਡੀਸ਼ਨਲ ਹੈਂਡ ਬ੍ਰੇਕ ਵੀ ਹੁੰਦੀ ਹੈ, ਜਿਹਨੂੰ ਅਸੀਂ ਪਾਰਕਿੰਗ ਬ੍ਰੇਕ ਕਹਿੰਦੇ ਹਾਂ ਜਾਂ ਐਮਰਜੈਂਸੀ ਬ੍ਰੇਕ ਕਹਿੰਦੇ ਹਾਂ। ਉਹ ਜਿਹੜੀ ਹੈਂਡ ਬ੍ਰੇਕ ਹੈ ਉਹ ਮਕੈਨੀਕਲੀ ਓਪਰੇਟ ਹੋਏਗੀ, ਉਹਦਾ ਹਾਈਡਰੋਲਿਕ ਦੇ ਨਾਲ ਕੋਈ ਲਿੰਕ ਨਹੀਂ ਹੋਏਗਾ ਜੀ, ਠੀਕ ਹੈ ਜੀ। ਜਿਹੜੀਆਂ ਹਾਈਡਰੋਲਿਕ ਬ੍ਰੇਕਸ ਹੋਣਗੀਆਂ ਉਹ ਚਾਰੋਂ ਵੀਲਸ 'ਤੇ ਲੱਗਣਗੀਆਂ, ਅਤੇ ਜਿਹੜੀ ਹੈਂਡ ਬ੍ਰੇਕ ਹੋਏਗੀ ਉਹ ਸਿਰਫ ਰੀਅਰ ਵੀਲ 'ਤੇ ਲੱਗੇਗੀ। ਜੇ ਆਪਾਂ ਕੰਪੋਨੈਂਟਸ ਆਫ ਹਾਈਡਰੋਲਿਕ ਬ੍ਰੇਕ ਦੀ ਗੱਲ ਕਰਦੇ ਹਾਂ ਜਾਂ ਲੇਆਊਟ ਦੀ ਗੱਲ ਕਰਦੇ ਹਾਂ, ਤਾਂ ਇਹ ਲੇਆਊਟ ਹੈ। ਬ੍ਰੇਕ ਪੈਡਲ ਹੈ, ਬ੍ਰੇਕ ਪੈਡਲ ਦੇ ਨਾਲ ਇੱਕ ਕੰਪੋਨੈਂਟ ਅਟੈਚ ਹੈ ਜਿਹਦਾ ਨਾਮ ਹੈ ਮਾਸਟਰ ਸਿਲੰਡਰ। ਮਾਸਟਰ ਸਿਲੰਡਰ ਦੇ ਵਿੱਚ ਤੇਲ ਕਿੱਥੋਂ ਆਉਂਦਾ ਹੈ? ਫਲੂਇਡ ਰਿਜ਼ਰਵਾਇਰ ਤੋਂ। ਅਸੀਂ ਜਦੋਂ ਬ੍ਰੇਕ ਪੈਡਲ ਪ੍ਰੈਸ ਕਰਦੇ ਹਾਂ, ਮਾਸਟਰ ਸਿਲੰਡਰ ਦੇ ਅੰਦਰ ਪ੍ਰੈਸ਼ਰ ਕ੍ਰੀਏਟ ਕਰਦੇ ਹਾਂ, ਉਹ ਪ੍ਰੈਸ਼ਰ ਕੀ ਹੈ, ਅੱਗੇ ਟਰਾਂਸਮਿਟ ਹੁੰਦਾ ਥਰੂ ਪਾਈਪਸ। ਥਰੂ ਪਾਈਪਸ ਜਦੋਂ ਟਰਾਂਸਮਿਟ ਹੋ ਕੇ ਉਹ ਇਕੱਲੀ ਇਕੱਲੀ ਵੀਲ ਨੂੰ ਜਾਏਗਾ, ਇਕੱਲੇ ਇਕੱਲੇ ਵੀਲ ਦੇ ਵਿੱਚ ਕੀ ਹੈ, ਇੱਕ ਵੀਲ ਸਿਲੰਡਰ ਲੱਗਾ, ਇਹ ਵੀਲ ਸਿਲੰਡਰ ਹੈ, ਇਹ ਵੀ ਵੀਲ ਸਿਲੰਡਰ ਹੈ, ਇਹ ਵੀ ਵੀਲ ਸਿਲੰਡਰਸ ਨੇ। ਇਹ ਵੀਲ ਸਿਲੰਡਰ ਕੀ ਕਰਨਗੇ, ਇਹਨੂੰ ਐਕਸਪੈਂਡ ਕਰਨਗੇ ਅਤੇ ਬ੍ਰੇਕ ਅਪਲਾਈ ਹੋਏਗੀ। ਉਹ ਹੁਣ ਆਪਾਂ ਅੱਗੇ ਸਟੱਡੀ ਕਰਦੇ ਹਾਂ, ਇਕੱਲੀ ਇਕੱਲੀ ਚੀਜ਼ ਬਾਰੇ ਸਟੱਡੀ ਕਰਦੇ ਹਾਂ, ਫਿਰ ਆਪਾਂ ਨੂੰ ਕਲੀਅਰ ਹੋਏਗਾ ਵੀ ਹਾਈਡਰੋਲਿਕ ਬ੍ਰੇਕ ਕੀ ਚੀਜ਼ ਹੈ। ਦੀ ਲੇਆਊਟ ਆਫ ਹਾਈਡਰੋਲਿਕ ਬ੍ਰੇਕ ਇਜ਼ ਗਿਵਨ ਇਨ ਦੀ ਅਬਵ ਫਿਗਰ।
इट्स मेन कंपोनेंट्स आर एज अंडर। जिहड़ा यह चीज़ है यह लेआउट है हाइड्रोलिक ब्रेक की। जो तो पेपर से लेआउट बनाने आती है तुम यह डायग्राम बना के आओगे। नाल की कहते हैं भी जोड़े मेन कंपोनेंट्स ने ना हाइड्रोलिक ब्रेक के वह ने, सब तो पहले ब्रेक पैडल। यह ब्रेक पैडल जोड़ा एक मेन कंपोनेंट है किसी भी हाइड्रोलिक ब्रेक का, यह ब्रेक पैडल। ठीक है जी, जो तो असी ब्रेक नू प्रेस करते हैं। दूजा जी मास्टर सिलेंडर। मास्टर सिलेंडर की है, असी ब्रेक पैडल नू जो प्रेस किया मास्टर सिलेंडर के प्रेशर क्रिएट होना फ्लूड का। जिहड़ा फ्लूड रिजर्वर दे विच स्टोर सीगा वो मास्टर सिलेंडर चाहेगा, असी पैडल दे नाल मास्टर सिलेंडर च प्रेशर क्रिएट करांगे। सो मास्टर सिलेंडर भी एक मेन कंपोनेंट हो गया हाइड्रोलिक ब्रेक सिस्टम का। थर्ड आ गया जी फ्लूड रिजर्वायर। फ्लूड रिजर्वायर मतलब जिथे आप ऑयल नू स्टोर करना है एरिया जी, फ्लूड रिजर्वायर इनू असी फ्लूड रिजर्वायर कहने जिथे असी ऑयल नू स्टोर करांगे। ये अंदर ऑयल स्टोर होएगा फ्लूड रिजर्वायर के अंदर। फ्लूड रिजर्वायर तो बाद की आ गया जी फोर्थ नंबर ते, की कहते हैं फ्लूड रिजर्वायर तो बाद फोर नंबर ते आ गया जी व्हील सिलेंडर। व्हील सिलेंडर की चीज़ है, व्हील सिलेंडर है जी जिहड़े हर व्हील दे विच लगे ने उन्हां नूं असीं व्हील सिलेंडर कहने हैं। जे चार व्हील ने तो चार व्हील सिलेंडर जिहड़े होणगे वो लगे होणगे चारों व्हील्स दे विच। हर व्हील दे विच अपना अपना एक व्हील सिलेंडर लगा है जिहदा काम की है अपना बुशिज़ नूं जिहड़े अंदर ब्रेक शू लगे ने उन्हां नूं एक्सपेंड कराना। सो चार कंपोनेंट उन्होंने मेन दसे सानू, ब्रेक पैडल जिथों असी ब्रेक नू प्रेस करना है, मास्टर सिलेंडर जिहड़ा ब्रेक पैडल दे नाल अटैच है जिथे प्रेशर क्रिएट होना है, मास्टर सिलेंडर तो बाद आ गया ब्रेक फ्लूड रिजर्वर जिथे असी ऑयल नू स्टोर करते हैं, चौथे नंबर पर आ गया व्हील सिलेंडर जिहड़ा कल्ले कल्ले व्हील के अंदर सिलेंडर लगा है वो है जी व्हील सिलेंडर। मास्टर सिलेंडर कंटेन्स रिजर्वायर फॉर द ब्रेक फ्लूड। जिहड़ा रिजर्वायर है ना इन्होंने अलग करके दिखाया हुआ है, जबकि वह अलग करके नहीं होंदा, वह मास्टर सिलेंडर के उपर ही लगा होंदा है। मास्टर सिलेंडर ते ब्रेक फ्लूड जिहड़े ने वह आपस च जुड़े हुए ने। मास्टर सिलेंडर के उपर ही जिहड़ा फ्लूड रिजर्वायर है वह मास्टर सिलेंडर के उपर अटैच है। जिहड़ा मास्टर सिलेंडर है ना एक मैटल का पार्ट है, तुसीं देखिया भी होएगा मैटल का एक पार्ट है। तो जिहड़ा फ्लूड रिजर्वायर है यह प्लास्टिक की एक तरह टैंक है, प्लास्टिक का एक तरह टैंक है जिहदे अंदर असी तेल नू स्टोर करते हैं। यह प्लास्टिक का टैंक तो जिहड़ा सीगा मैटल का पार्ट जिहनू मास्टर सिलेंडर कहिंदे सीगे, यह दोनों आपस च इकट्ठे जुड़े हुए हैं। तो ही इन्होंने कहा मास्टर सिलेंडर कंटेन्स रिजर्वायर फॉर द ब्रेक फ्लूड, भी जिहड़ा रिजर्वायर है ना ब्रेक फ्लूड वास्ते वह मास्टर सिलेंडर के विच ही लगा, मास्टर सिलेंडर के नाल ही लगा। मास्टर सिलेंडर इज ओपरेटेड बाय द ब्रेक पैडल एंड इज फरदर कनैक्टेड टू द व्हील सिलेंडर इन ईच व्हील थ्रू द स्टील पाइप्स। कहिंदे जिहड़ा मास्टर सिलेंडर है, मास्टर सिलेंडर ओपरेट किद्दां होएगा, मास्टर सिलेंडर ओपरेट होएगा ब्रेक पैडल दे नाल, ते मास्टर सिलेंडर जिहड़ा वह फरदर अगे कनैक्ट किहदे नाल होएगा, वह फरदर अगे कनैक्ट होएगा व्हील सिलेंडर दे नाल, किहदे राहीं पाइप्स राहीं, मैटल दियां पाइप्स ने जां रबड़ दियां पाइप्स ने जिन्हां राहीं मास्टर सिलेंडर तों व्हील सिलेंडर तक असीं फ्लूइड नूं पहुंचाने हां। ठीक है, तो जिहड़ा मास्टर सिलेंडर है रिजर्वर उहदे विच ही है, उहदे नाल ही अटैच है, इस गल नूं तुसीं नोट रखना है। तो मास्टर सिलेंडर नूं असीं फुट दे नाल, फुट पैडल दे नाल ओपरेट करते हैं, ब्रेक पैडल दे नाल ओपरेट करते हैं, तो मास्टर सिलेंडर व्हील सिलेंडर दे नाल अगे जुड़िया है विद द हैल्प ऑफ स्टील पाइप्स। यह असीं स्टडी किया जो सीगे कंपोनेंट्स एंड लेआउट ऑफ हाइड्रोलिक ब्रेक सिस्टम। अगों असी गल करते हैं प्रिंसीपल ऑफ हाइड्रोलिक ब्रेक की, भी हाइड्रोलिक ब्रेक किस प्रिंसीपल से काम करती है, कि ये काम करन दा मेन बेस की है, प्रिंसीपल की है उहदे च की कहिंदे ने। मास्टर सिलेंडर इज़ द मेन कंपोनेंट ऑफ हाइड्रोलिक ब्रेक सिस्टम विच कंटेन्स रिजर्वायर फॉर द ब्रेक फ्लूइड। कहिंदे जिहड़ा मास्टर सिलेंडर है वह किसी भी हाइड्रोलिक ब्रेक सिस्टम का मेन पार्ट है, मेन कंपोनेंट है। तो उहदे विच की होएगा मास्टर सिलेंडर दे विच की होएगा, मास्टर सिलेंडर दे विच रिजर्वायर भी लगा होएगा, उस रिजर्वायर दे विच असी की करते हैं ब्रेक फ्लूइड नू स्टोर करते हैं। सो हाई मास्टर सिलेंडर एक इंपोर्टेंट कंपोनेंट हो गया हाइड्रोलिक ब्रेक सिस्टम का, जिहदे विच रिजर्वायर लगा सीगा, ते रिजर्वायर दे विच असी की स्टोर करते सीगे, रिजर्वायर च असी स्टोर करते सीगे ब्रेक फ्लूइड। फ्लूइड प्रेशर इज इनवॉल्वड इन दिस टाइप्स ऑफ ब्रेक्स। हाइड्रोलिक ब्रेक्स दे विच की होंदा है,
ਹਾਈਡ੍ਰੋਲਿਕ ਬ੍ਰੇਕਸ ਦੇ ਵਿੱਚ ਫਲੂਇਡ ਪ੍ਰੈਸ਼ਰ ਨੂੰ ਇਨਵੋਲਵ ਕੀਤਾ ਜਾਂਦਾ ਹੈ, ਮਤਲਬ ਫਲੂਇਡ ਪ੍ਰੈਸ਼ਰ ਦਾ ਹੀ ਸਾਰਾ ਕੰਮ ਹੈ ਜਿਹਨੇ ਬ੍ਰੇਕਸ ਨੂੰ ਅਪਲਾਈ ਕਰਾਉਣ ਦੇ ਵਿੱਚ ਹੈਲਪ ਕਰਨੀ ਹੈ। ਫਲੂਇਡ ਪ੍ਰੈਸ਼ਰ ਦੇ ਕਾਰਨ ਹੀ ਬ੍ਰੇਕਸ ਲੱਗ ਸਕਦੀਆਂ, ਅਦਰਵਾਈਜ਼ ਬ੍ਰੇਕਸ ਨਹੀਂ ਲੱਗ ਸਕਦੀਆਂ। ਸੋ ਸਾਰਾ ਜਿਹੜਾ ਰੋਲ ਹੈ ਉਹ ਫਲੂਇਡ ਪ੍ਰੈਸ਼ਰ ਦਾ ਹੀ ਹੈ। ਸੋ ਇਹ ਹਾਈਡ੍ਰੋਲਿਕ ਬ੍ਰੇਕ ਐਕਟ ਅਕੋਰਡਿੰਗ ਟੂ ਦੀ ਪ੍ਰਿੰਸੀਪਲ ਆਫ ਪਾਸਕਲ ਲਾ ਵਿਚ ਰੀਡਸ ਐਜ਼ ਬਿਲੋ। ਇਸ ਕਰਕੇ ਹਾਈਡ੍ਰੋਲਿਕ ਬ੍ਰੇਕ ਜਿਹੜੀ ਹੈ ਉਹ ਕਿਹੜੇ ਪ੍ਰਿੰਸੀਪਲ ਤੇ ਕੰਮ ਕਰਦੀ ਹੈ? ਉਹ ਕੰਮ ਕਰਦੀ ਹੈ ਪਾਸਕਲ ਲਾ ਦੇ ਪ੍ਰਿੰਸੀਪਲ ਤੇ। ਤੁਸੀਂ ਅੱਗੇ ਵੀ ਪੜਿਆ ਹੋਏਗਾ ਪਾਸਕਲ ਲਾ ਕੀ ਚੀਜ਼ ਹੈ। ਪਾਸਕਲ ਲਾ ਦੇ ਪ੍ਰਿੰਸੀਪਲ ਤੇ ਹਾਈਡ੍ਰੋਲਿਕ ਬ੍ਰੇਕ ਨੇ ਕੰਮ ਕਰਨਾ ਹੈ। ਤੇ ਸਾਰਾ ਜਿਹੜਾ ਕੰਮ ਕਰਵਾਉਣਾ ਹੈ ਉਹ ਕੰਮ ਕਰਵਾਉਣਾ ਕਿੰਨੇ ਵੇ? ਉਹ ਮਾਸਟਰ ਸਿਲੰਡਰ ਨੇ ਕਰਾਉਣਾ ਹੈ। ਮਾਸਟਰ ਸਿਲੰਡਰ 'ਚ ਰਿਜ਼ਰਵਰ ਲੱਗਾ ਹੈ, ਰਿਜ਼ਰਵਰ 'ਚ ਤੇਲ ਨੂੰ ਸਟੋਰ ਕੀਤਾ ਹੈ, ਤੇਲ ਤੇ ਅਸੀਂ ਪ੍ਰੈਸ਼ਰ ਬਣਾਇਆ, ਪ੍ਰੈਸ਼ਰ ਬਣਾ ਕੇ ਅਸੀਂ ਇੱਕ ਤਰ੍ਹਾਂ ਪਾਸਕਲ ਲਾ ਦੀ ਹੈਲਪ ਦੇ ਨਾਲ ਅਸੀਂ ਬ੍ਰੇਕ ਓਪਰੇਟ ਕਰਾਈ। ਹੁਣ ਉਹ ਕਹਿੰਦੇ ਪਾਸਕਲ ਲਾ ਕੀ ਕਹਿੰਦਾ ਹੈ? ਪਾਸਕਲ ਲਾ ਕਹਿੰਦਾ ਹੈ ਪ੍ਰੈਸ਼ਰ ਅਪਲਾਈਡ ਟੂ ਏ ਲਿਕੁਇਡ ਇਨ ਏ ਕਲੋਜ਼ਡ ਵੈਸਲ ਇਜ਼ ਇਕੁਅਲੀ ਟ੍ਰਾਂਸਮਿਟਿਡ ਇਨ ਆਲ ਡਾਇਰੈਕਸ਼ਨਸ। ਜਿਹੜਾ ਪ੍ਰੈਸ਼ਰ ਅਸੀਂ ਕਿਸੇ ਵੀ ਲਿਕੁਇਡ ਤੇ ਲਗਾਵਾਂਗੇ, ਜਿਹੜਾ ਲਿਕੁਇਡ ਕਿਸੇ ਬੰਦ ਵੈਸਲ ਦੇ ਵਿੱਚ ਬਰਤਨ ਦੇ ਵਿੱਚ ਏ, ਉਹ ਇਕੁਅਲੀ ਟ੍ਰਾਂਸਮਿਟ ਹੋਏਗਾ ਹਰ ਡਾਇਰੈਕਸ਼ਨ ਦੇ ਵਿੱਚ। ਸੋ ਪਾਸਕਲ ਲਾ ਕੀ ਕਹਿੰਦਾ ਹੈ ਵੀ ਜਦੋਂ ਵੀ ਕਿਸੇ ਬੰਦ ਵੈਸਲ ਦੇ ਵਿੱਚ ਕੋਈ ਐਦਾਂ ਦਾ ਕੰਪੋਨੈਂਟ ਜਿਹੜਾ ਬੰਦ ਹੈ, ਪੂਰੀ ਤਰ੍ਹਾਂ ਵੈਸਲ ਬੰਦ ਹੈ, ਸੀਲ ਦੇ ਉਹਦੇ ਵਿੱਚ ਕੋਈ ਲੀਕੁਇਡ ਹੈ, ਉਹਦੇ ਅਸੀਂ ਉਹਦੇ ਉੱਪਰ ਆਪਾਂ ਜਦੋਂ ਪ੍ਰੈਸ਼ਰ ਲਗਾਵਾਂਗੇ, ਉਹ ਪ੍ਰੈਸ਼ਰ ਜਿਹੜਾ ਉਹਦੇ ਉੱਪਰ ਲੱਗੇਗਾ ਲੀਕੁਇਡ ਦੇ ਉੱਪਰ, ਉਹ ਹਰ ਡਾਇਰੈਕਸ਼ਨ ਦੇ ਵਿੱਚ ਇਕੁਅਲੀ ਟ੍ਰਾਂਸਮਿਟ ਹੋਏਗਾ। ਜਿਹੜੀ ਮਰਜ਼ੀ ਡਾਇਰੈਕਸ਼ਨ ਦੀ ਆਪਾਂ ਚਾਰੋਂ ਡਾਇਰੈਕਸ਼ਨ ਦੀ ਗੱਲ ਕਰਦੇ ਹਾਂ, ਚਾਰੋਂ ਡਾਇਰੈਕਸ਼ਨ ਦੇ ਵਿੱਚ ਉਹ ਇਕੁਅਲੀ ਟ੍ਰਾਂਸਮਿਟ ਹੋਏਗਾ। ਅੱਗੇ ਉਹਨਾਂ ਨੇ ਇਹਨੂੰ ਪ੍ਰੂਵ ਕਰਕੇ ਵੀ ਦਿਖਾਇਆ, ਉਹ ਆਪਾਂ ਹੁਣ ਸਟੱਡੀ ਕਰਦੇ ਹਾਂ। ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਦੀ ਪ੍ਰੈਸ਼ਰ। ਇਸ ਕਰਕੇ ਸਾਨੂੰ ਪਹਿਲੇ ਪ੍ਰੈਸ਼ਰ ਸਮਝਣਾ ਪਏਗਾ, ਪ੍ਰੈਸ਼ਰ ਕੀ ਚੀਜ਼ ਹੈ। ਪ੍ਰੈਸ਼ਰ ਅਸੀਂ ਕਿਹਨੂੰ ਕਹਿੰਦੇ ਹਾਂ? ਪ੍ਰੈਸ਼ਰ ਇਜ਼ ਦੀ ਰੇਸ਼ੋ ਆਫ ਐਕਸਟਰਨਲ ਅਪਲਾਈਡ ਫੋਰਸ ਐਫ ਟੂ ਦੀ ਏਰੀਆ ਆਫ ਕ੍ਰੋਸ ਸੈਕਸ਼ਨ ਏ। ਕਹਿੰਦੇ ਪ੍ਰੈਸ਼ਰ ਕੀ ਹੈ? ਪ੍ਰੈਸ਼ਰ ਇੱਕ ਰੇਸ਼ੋ ਹੈ, ਕਾਹਦੀ ਰੇਸ਼ੋ? ਫੋਰਸ ਅਪੋਨ ਏਰੀਆ। ਅਸੀਂ ਇਹੀ ਕਹਿੰਦੇ ਹਾਂ ਪ੍ਰੈਸ਼ਰ ਇਜ਼ ਦੀ ਫੋਰਸ ਅਪੋਨ ਏਰੀਆ। ਯਾਨੀ ਕਿ ਪ੍ਰੈਸ਼ਰ ਕੀ ਹੋ ਗਿਆ? ਇੱਕ ਰੇਸ਼ੋ ਹੋ ਗਈ। ਕਾਹਦੀ ਰੇਸ਼ੋ ਹੋ ਗਈ? ਐਕਸਟਰਨਲ ਅਪਲਾਈਡ ਫੋਰਸ, ਬਾਹਰੋਂ ਆਪਾਂ ਕਿੰਨੀ ਫੋਰਸ ਅਪਲਾਈ ਕੀਤੀ? ਟੂ ਦੀ ਏਰੀਆ ਆਫ ਕ੍ਰੋਸ ਸੈਕਸ਼ਨ ਏ। ਏ ਕ੍ਰੋਸ ਸੈਕਸ਼ਨ ਏਰੀਆ ਉੱਤੇ ਅਸੀਂ ਕਿੰਨੀ ਫੋਰਸ ਅਪਲਾਈ ਕੀਤੀ, ਉਹਨੂੰ ਅਸੀਂ ਪ੍ਰੈਸ਼ਰ ਕਹਿੰਦੇ ਹਾਂ। ਸੋ ਪ੍ਰੈਸ਼ਰ ਇੱਕ ਉਹਨਾਂ ਨੇ ਰੇਸ਼ੋ ਦੱਸਦੀ ਹੈ, ਐਕਸਟਰਨਲ ਫੋਰਸ ਅਪਲਾਈਡ ਟੂ ਦੀ ਏਰੀਆ ਆਫ ਕ੍ਰੋਸ ਸੈਕਸ਼ਨ। ਜੇ ਆਪਾਂ ਅਕੋਰਡਿੰਗ ਟੂ ਪਾਸਕਲ ਲਾਅ ਦੀ ਗੱਲ ਕਰੀਏ, ਪਾਸਕਲ ਲਾਅ ਦੇ ਅਕੋਰਡਿੰਗ ਕੀ ਹੋਏਗਾ? ਪ੍ਰੈਸ਼ਰ ਇਜ਼ ਟ੍ਰਾਂਸਮਿਟਿਡ ਇਕੁਅਲੀ ਇਨ ਆਲ ਡਾਇਰੈਕਸ਼ਨਸ। ਇਟਸ ਐਪਲੀਕੇਸ਼ਨ ਕੈਨ ਬੀ ਈਜ਼ਲੀ ਅੰਡਰਸਟੂਡ ਬਾਏ ਦੀ ਫੋਲੋਇੰਗ ਫਿਗਰ। ਕੀ ਕਹਿੰਦੇ ਹੋ? ਪਾਸਕਲ ਲਾਅ ਕੀ ਕਹਿੰਦਾ? ਪਾਸਕਲ ਲਾਅ ਨੇ ਕਿਹਾ ਸੀਗਾ ਕੋਈ ਇੱਕ ਬੰਦ ਵੈਸਲ ਦੇ ਵਿੱਚ ਜੇ ਲਿਕੁਇਡ ਹੋਏਗਾ, ਠੀਕ ਹੈ, ਉਸ ਲਿਕੁਇਡ ਤੇ ਜਦੋਂ ਪ੍ਰੈਸ਼ਰ ਲੱਗੇਗਾ, ਉਹ ਸਾਰੇ ਦਾ ਸਾਰਾ ਪ੍ਰੈਸ਼ਰ ਜਿਹੜਾ ਹੈ ਇਕੁਅਲੀ ਟ੍ਰਾਂਸਮਿਟ ਹੋਏਗਾ ਹਰ ਡਾਇਰੈਕਸ਼ਨ ਦੇ ਵਿੱਚ। ਹੁਣ ਇਹ ਵੀ ਇੱਕ ਵੈਸਲ ਹੈ ਜਿਹੜਾ ਬੰਦ ਹੈ, ਪੂਰੀ ਤਰ੍ਹਾਂ ਬੰਦ ਹੈ, ਅਤੇ ਇਹਦੇ ਅੰਦਰ ਕੀ ਹੈ? ਲਿਕੁਇਡ ਹੈ, ਦੋਨਾਂ ਦੇ ਅੰਦਰ ਲਿਕੁਇਡ ਹੈ। ਐਜ਼ ਸ਼ੋਨ ਇਨ ਫਿਗਰ ਏ, ਸਮਾਲ ਏ ਰੀਪ੍ਰਜੈਂਟ ਦੀ ਏਰੀਆ ਆਫ ਸਮਾਲ ਸਿਲੰਡਰ ਐਂਡ ਸਮਾਲ ਐਫ ਇਜ਼ ਦੀ ਫੋਰਸ ਅਪਲਾਈਡ ਔਨ ਇਟ। ਇਸ ਫਿਗਰ ਦੇ ਵਿੱਚ ਉਹਨਾਂ ਨੇ ਕੀ ਦਿਖਾਇਆ ਹੈ ਵੀ ਜਿਹੜਾ ਦੋ ਸਿਲੰਡਰ ਨੇ, ਇੱਕ ਸਿਲੰਡਰ ਦਾ ਏਰੀਆ ਆਫ ਕ੍ਰੋਸ ਸੈਕਸ਼ਨ ਜ਼ਿਆਦਾ, ਦੂਜੇ ਸਿਲੰਡਰ ਦਾ ਏਰੀਆ ਆਫ ਕ੍ਰੋਸ ਸੈਕਸ਼ਨ ਜਿਹੜਾ ਘੱਟ ਹੈ। ਜਿਹੜੇ ਸਿਲੰਡਰ ਦਾ ਏਰੀਆ ਆਫ ਕ੍ਰੋਸ ਸੈਕਸ਼ਨ ਘੱਟ ਹੈ ਉਹਨੂੰ ਅਸੀਂ ਡਿਨੋਟ ਕੀਤਾ ਛੋਟੇ ਦੇ ਨਾਲ, ਸਮਾਲ ਏ ਦੇ ਨਾਲ, ਅਤੇ ਜਿਹੜੇ ਸਿਲੰਡਰ ਦਾ ਏਰੀਆ ਜ਼ਿਆਦਾ ਉਹਨੂੰ ਅਸੀਂ ਡਿਨੋਟ ਕੀਤਾ ਕੈਪੀਟਲ ਏ ਦੇ ਨਾਲ, ਠੀਕ ਹੈ। ਐਜ਼ ਸ਼ੋਨ ਇਨ ਫਿਗਰ ਸਮਾਲ ਏ ਰਿਪ੍ਰਜੈਂਟ ਦੀ ਏਰੀਆ ਆਫ ਸਮਾਲ ਸਿਲੰਡਰ ਐਂਡ ਸਮਾਲ ਐਫ ਇਜ਼ ਫੋਰਸ ਅਪਲਾਈਡ ਔਨ ਇਟ। ਅਤੇ ਸਮਾਲ ਐਫ ਦਾ ਮਤਲਬ ਕੀ ਹੈ? ਜਿਹੜੀ ਫੋਰਸ ਆਪਾਂ ਘੱਟ ਏਰੀਏ ਵਾਲੇ ਸਿਲੰਡਰ ਦੇ ਉੱਪਰ ਲਗਾਉਂਦੇ ਪਏ ਹਾਂ ਉਹ ਹੈ ਸਮਾਲ ਐਫ, ਅਤੇ ਜਿਹੜੀ ਅਸੀਂ ਜ਼ਿਆਦਾ ਏਰੀਏ ਵਾਲੇ ਸਿਲੰਡਰ 'ਤੇ ਫੋਰਸ ਲਗਾਵਾਂਗੇ ਉਹ ਕੈਪੀਟਲ ਐਫ, ਠੀਕ ਹੈ ਜੀ। ਘੱਟ ਏਰੀਆ ਇਸ ਕਰਕੇ ਸਮਾਲ ਏ, ਘੱਟ ਫੋਰਸ ਇਸ ਕਰਕੇ ਸਮਾਲ ਐਫ, ਏਰੀਆ ਜ਼ਿਆਦਾ ਕੈਪੀਟਲ ਏ, ਫੋਰਸ ਜ਼ਿਆਦਾ ਕੈਪੀਟਲ ਐਫ, ਠੀਕ ਹੈ ਜੀ। ਅਤੇ ਏ ਕੀ ਹੈ? ਕੈਪੀਟਲ ਏ ਕੀ ਹੈ? ਏਰੀਆ ਆਫ ਲਾਰਜ ਸਿਲੰਡਰ। ਕੈਪੀਟਲ ਐਫ ਕੀ ਹੈ? ਵੇਟ ਔਨ ਇਟ, ਜਿਹੜਾ ਭਾਰ ਆਪਾਂ ਇਹਦੇ ਉੱਤੇ ਪਾਇਆ ਹੈ, ਏ ਏਰੀਆ ਦੇ ਉੱਪਰ ਆਪਾਂ ਜਿਹੜਾ ਭਾਰ ਪਾਇਆ ਉਹ ਹੈ ਜੀ ਐਫ, ਐਫ ਫੋਰਸ ਜਿਹੜੀ ਹੈ, ਵੇਟ।
वेट इज ऑल्सो ए फोर्स, जिहड़ी वेट है वह भी एक तरह की फोर्स ही है। जे आपां किसी चीज़ के उपर कोई भार रख देवे तो वह भी तो उसके उत्ते फोर्स ही पाऊगी। इस करके अकॉर्डिंग टू पास्कल लॉ की हो गया, पास्कल लॉ ने की कहा सीगा वी फोर्स अपॉन एरिया वी जिहड़ा प्रैशर है वो इक्वल होएगा इन ऑल डायरेक्शंस। जे आपां इधर भी देखांगे इधर भी फोर्स अपॉन एरिया की वैल्यू सेम होएगी, तो जे आपां इधर देखांगे इधर भी फोर्स अपॉन एरिया की वैल्यू सेम होएगी, कॉन्सटेंट रहेगी। पास्कल लॉ ने यही कहा सीगा, ठीक है जी। सानू पास्कल लॉ ने यही सिखाया सीगा फोर्स अपॉन एरिया जिहड़ा है वह सेम रहेगा, चाहे उन्होंने आप समॉल सिलेंडर पर लगाइए चाहे उन्होंने आप लार्ज सिलेंडर पर लगाइए। इट इज़ वेरी मच क्लीयर फ्रॉम दिस इक्वेशन दैट वी कैन लिफ्ट हैवी वेट विद समॉल फोर्स। इतों की क्लीयर हो गया भी अपना ना हैवी वेट जिहड़ा है वह समॉल फोर्स के नाल असी लिफ्ट कर सकते हाँ। वह किदा तुहानू एक बार दिखाना, जे आप गल करते हाँ उन्होंने एक ना फॉर्मूला दसता सानू समॉल एफ डिवाइडेड बाय स्मॉल ए इज इक्वल टू कैपिटल एफ डिवाइडेड बाय कैपिटल ए, साढ़े को उन्होंने यह फॉर्मूला दसता, ठीक है जी। एदी वैल्यू जी रहेगी वो रहेगी कॉन्सटेंट, मतलब सेम रहेगी, यह वैल्यू चेंज नहीं हो सकती, ठीक है। असी एनी चीज़ की गल करते हैं यह चीज़ की, ठीक है। असी चाहते हाँ यह जरा एफ है ना इस चीज़ में आप लिफ्ट करना चाहते हाँ। असी की देखिया सीगा भी एक वेट सीगा उनू असी लार्ज एरिया ते पाया सीगा, ते अपा मान लैने लार्ज एरिया की वैल्यू जिहड़ी है यह 100 है, जिहड़ा कैपिटल ए वे उहदी वैल्यू जिहड़ी है वह 100 है, जिहड़ा समॉल ए वे उहदी वैल्यू जिहड़ी है 10 है, ठीक है। समॉल ए की वैल्यू आ गई 10 ते कैपिटल ए की वैल्यू आ गई 100। एफ समॉल एफ की वैल्यू की आएगी, फिर समॉल एफ की वैल्यू की आ गई कैपिटल एफ, जिहड़ा नीचे वाला 10 सीगा वो उपर चला गया, जो नीचे वाला 10 उपर चला गया नीचे जिहड़ा ए सीगा उहदा की बन गया 100, वो 100 इत्थे आ गया, उहदा एरिया 100 सीगा समॉल दा एरिया 10 सीगा, यह कट्टिया गया 0 ते इत्थे की आ गया f small f is equal to f multiplied by 0.1। 0.1 का मतलब जे ए चीज 100 किलो दी है, जे कैपिटल f जिहड़ा है वह 100 किलो दा है ते उन्हों लिफ्ट करन दे लई साडा किन्नी फोर्स लगेगी इंटू 0.1 कर दिए, मतलब उन्हों लिफ्ट करन दे लई साडी सिर्फ ते सिर्फ 10 किलो फोर्स लगेगी जेकर कैपिटल एफ दी वैल्यू साडी 100 किलो है। सो इस तरह आपां सानू एक चीज़ की क्लीयर होई सानू इत्थों, सानू इत्थों की क्लीयर होया, सानू इत्थों क्लीयर की हो गया जी, इट इज़ वेरी मच क्लीयर फ्रॉम दिस इक्वेशन दैट वी कैन लिफ्ट हैवी वेट विद समॉल फोर्स। इतों सानू यह क्लीयर हो गया भी आपां समॉल फोर्स दे नाल हैवी फोर्स हैवी वेट नूं भी लिफ्ट कर सकते हैं, इतों सानू यह क्लीयर हो गया जो असी स्टडी किया लास्ट फॉर्मूले तो, ठीक है। समॉल एफ बाय ए कैपिटल एफ बाय ए इज इक्वल टू कॉन्सटेंट सीगा, चलो जी इतों इन्ना क्लीयर हो गया। अगों असी गल करते हैं वर्किंग ऑफ हाइड्रोलिक ब्रेक की। वर्किंग ऑफ हाइड्रोलिक ब्रेक दे विच असी की स्टडी करते हैं, इन दिस टाइप ऑफ ब्रेक व्हील सिलेंडर्स टेक द प्लेस ऑफ ब्रेक शू ऑपरेटिंग कैम। हजे तक आपां जिहड़ी ब्रेक्स पढ़ियां सीगियां ना उन्हां विच ना एक कैम लगी हुंदी सीगी, वह कैम की करती सीगी शू नू एक्सपैंड कराउंदी सीगी ते स्प्रिंग की करते सीगे कॉन्ट्रैक्ट करते सीगे, ठीक है। हुण उस कैम की जगह किन्ने लै ली, उस कैम की जगह लै ली व्हील सिलेंडर्स ने। यह देखो उन्हां च की सीगा कैम इत्थे लगी हुंदी सीगी शू दे विच, हुण शू दे विच कैम नहीं लगी, हुण शू दे विच लगे ने व्हील सिलेंडर। वह व्हील सिलेंडर की करनगे एक्सपैंड कराउणगे ब्रेक शू नूं। द व्हील सिलेंडर कंटेन्स टू पिस्टनस, व्हील सिलेंडर दे विच की होएगा दो पिस्टन होणगे, वह असी अगे जो व्हील सिलेंडर बारे पढ़ांगे उदों डिस्कस करांगे व्हील सिलेंडर की डिटेल पूरी तरह। बट उन्होंने मील वाइल की किया व्हील सिलेंडर दे विच दो पिस्टनस होणगे, द लूज एंड रैसट एट द एंडस ऑफ दीज पिस्टन। जिहड़ा लूज एंड होएगा
ਉਹ ਦੀ ਲੂਜ਼ ਐਂਡ ਰੈਸਟ ਐਟ ਦੀ ਐਂਡਸ ਆਫ ਦੀ ਪਿਸਟਨ। ਇੱਦਾਂ ਹੀ ਪਿਸਟਨ ਦੇ ਵਿੱਚ ਦੋ ਐਂਡਸ ਹੋਣਗੇ, ਜਿਹੜੇ ਲੂਜ਼ ਐਂਡ ਹੋਣਗੇ ਉਹ ਇਹਨਾਂ ਪਿਸਟਨਸ ਦੇ ਨਾਲ ਅਟੈਚ ਹੋਣਗੇ। ਬ੍ਰੇਕ ਸ਼ੂ ਦੇ ਦੋ ਐਂਡ ਹੁੰਦੇ ਨੇ, ਇੱਕ ਉੱਪਰ ਵਾਲਾ ਐਂਡ ਹੁੰਦਾ ਉਹ ਲੂਜ਼ ਹੁੰਦਾ, ਨੀਚੇ ਵਾਲਾ ਐਂਡ ਜਿਹੜਾ ਉਹ ਫਿਕਸਡ ਹੈ। ਠੀਕ ਹੈ, ਫਿਕਸ ਐਂਡ ਜਿਹੜਾ ਉਹ ਆਪਣੀ ਜਗ੍ਹਾ ਤੇ ਲੱਗਾ ਰਹੇਗਾ, ਤੇ ਜਿਹੜਾ ਲੂਜ਼ ਐਂਡ ਹੋਏਗਾ ਨਾ ਉਹ ਵੀਲ ਸਿਲੰਡਰ ਦੇ ਨਾਲ ਜੁੜਿਆ ਹੋਏਗਾ। ਮਤਲਬ ਕੀ ਕਹਿਣਾ ਚਾਹੁੰਦੇ ਹੋ, ਇਹ ਜਿਹੜਾ ਬ੍ਰੇਕ ਸ਼ੂ ਹੈ, ਇਹ ਜਿਹੜਾ ਬ੍ਰੇਕ ਹੈ ਨਾ, ਬ੍ਰੇਕ ਅਸੈਂਬਲੀ ਹੈ, ਇਹਦੇ 'ਚ ਜਿਹੜੀ ਬ੍ਰੇਕ ਸ਼ੂ ਹੈ, ਇਸ ਬ੍ਰੇਕ ਸ਼ੂ ਦੇ ਦੋ ਐਂਡ ਨੇ, ਉੱਪਰ ਵਾਲਾ ਲੂਜ਼ ਐਂਡ ਹੈ, ਨੀਚੇ ਵਾਲਾ ਫਿਕਸ ਐਂਡ ਹੈ। ਤੁਸੀਂ ਦੇਖ ਸਕਦੇ ਹੋ ਨੀਚੇ ਵਾਲੇ ਐਂਡ ਨੂੰ ਫਿਕਸ ਕੀਤਾ ਗਿਆ ਇਸ ਜਗ੍ਹਾ ਤੇ ਬੈਕ ਪਲੇਟ ਦੇ ਨਾਲ, ਤੇ ਉੱਪਰ ਵਾਲਾ ਜਿਹੜਾ ਐਂਡ ਹੈ ਉਹ ਲੂਜ਼ ਹੈ, ਉਹ ਮੂਵ ਕਰ ਸਕਦਾ ਹੈ। ਉਹਨੂੰ ਮੂਵ ਕੌਣ ਕਰਾਏਗਾ? ਉਹਨੂੰ ਵੀਲ ਸਿਲੰਡਰ ਮੂਵ ਕਰਾਏਗਾ। ਵੀਲ ਸਿਲੰਡਰ ਨਹੀਂ, ਵੀਲ ਸਿਲੰਡਰ ਦੇ ਜਿਹੜੇ ਪਿਸਟਨ ਨੇ ਨਾ ਅੰਦਰ ਦੋ, ਉਹ ਮੂਵ ਕਰਾਣਗੇ ਉਹਨੂੰ ਲੂਜ਼ ਪਾਰਟ ਨੂੰ। ਦੀ ਪਿਸਟਨਸ ਇਨਸਾਈਡ ਦੀ ਵੀਲ ਸਿਲੰਡਰ ਮੂਵ ਆਊਟ ਵੈਨ ਗ੍ਰੇਟਰ ਹਾਈਡਰੋਲਿਕ ਪ੍ਰੈਸ਼ਰ ਐਕਟ ਇਨਸਾਈਡ ਦੀ ਸਿਲੰਡਰ। ਕਹਿੰਦੇ ਜਿਹੜੇ ਵੀਲ ਸਿਲੰਡਰ ਦੇ ਅੰਦਰ ਦੋ ਪਿਸਟਨ ਨੇ ਨਾ, ਉਹ ਪਿਸਟਨ ਕੀ ਕਰਨਗੇ, ਜਿਹੜੇ ਵੀਲ ਸਿਲੰਡਰ ਦੇ ਅੰਦਰ ਦੋ ਪਿਸਟਨ ਨੇ ਉਹ ਬਾਹਰ ਨੂੰ ਫੋਰਸ ਲਗਾਉਣਗੇ, ਬਾਹਰ ਨੂੰ ਐਕਸਪੈਂਡ ਹੋਣਗੇ ਜਦੋਂ ਹਾਈਡਰੋਲਿਕ ਪ੍ਰੈਸ਼ਰ ਉਹਨਾਂ ਦੇ ਉੱਤੇ ਲੱਗੇਗਾ। ਹਾਈਡਰੋਲਿਕ ਪ੍ਰੈਸ਼ਰ ਕੀ ਕਰੇਗਾ? ਉਹਨਾਂ ਨੂੰ ਬਾਹਰ 'ਤੇ ਫੋਰਸ ਲਗਾਏਗਾ। ਮਾਸਟਰ ਸਿਲੰਡਰ ਸਪਲਾਈਜ਼ ਦੀ ਹਾਈ ਪ੍ਰੈਸ਼ਰ ਫਲੂਇਡ ਟੂ ਦੀ ਵੀਲ ਸਿਲੰਡਰਸ। ਜਿਹੜਾ ਮਾਸਟਰ ਸਿਲੰਡਰ ਹੈ ਉਹ ਕੀ ਕਰੇਗਾ, ਮਾਸਟਰ ਸਿਲੰਡਰ ਕੀ ਕਰੇਗਾ, ਹਾਈ ਪ੍ਰੈਸ਼ਰ ਫਲੂਇਡ ਸਪਲਾਈ ਕਰੇਗਾ। ਕਿਹਨੂੰ ਹਾਈ ਪ੍ਰੈਸ਼ਰ ਫਲੂਇਡ ਸਪਲਾਈ ਕਰੇਗਾ? ਵੀਲ ਸਿਲੰਡਰਸ ਨੂੰ। ਜਿਹੜੇ ਵੀਲ ਸਿਲੰਡਰਸ ਨੇ ਉਹਨਾਂ ਨੂੰ ਹਾਈ ਪ੍ਰੈਸ਼ਰ ਫਲੂਇਡ ਸਪਲਾਈ ਕਰਨ ਦਾ ਕੰਮ ਕਿਹਦਾ ਹੋ ਗਿਆ? ਮਾਸਟਰ ਸਿਲੰਡਰ ਦਾ। ਦੀ ਪਿਸਟਨਸ ਦੈਨ ਮੂਵ ਆਊਟਵਰਡ ਇਨ ਦੀ ਸਿਲੰਡਰ ਐਗਜ਼ਰਟਿੰਗ ਪ੍ਰੈਸ਼ਰ ਔਨ ਦੀ ਲੂਜ਼ ਐਂਡਸ ਆਫ ਦੀ ਬ੍ਰੇਕ ਸ਼ੂ। ਇੱਦਾਂ ਹੀ ਵੀਲ ਸਿਲੰਡਰ ਦੇ ਜਿਹੜੇ ਪਿਸਟਨ ਨੇ ਉਹ ਬਾਹਰ ਨੂੰ ਆਉਣਗੇ, ਬਾਹਰ ਆ ਕੇ ਕੀ ਕਰਨਗੇ, ਉਹ ਪ੍ਰੈਸ਼ਰ ਪਾਉਣਗੇ, ਗਿਰੇ 'ਤੇ ਪ੍ਰੈਸ਼ਰ ਪਾਉਣਗੇ, ਬ੍ਰੇਕ ਸ਼ੂ ਦੇ ਲੂਜ਼ ਐਂਡ 'ਤੇ ਪ੍ਰੈਸ਼ਰ ਪਾਉਣਗੇ। ਜਦੋਂ ਬ੍ਰੇਕ ਸ਼ੂ ਦੇ ਲੂਜ਼ ਐਂਡ 'ਤੇ ਪ੍ਰੈਸ਼ਰ ਪਏਗਾ ਉਦੋਂ ਕੀ ਹੋਏਗਾ, ਐਜ਼ ਏ ਰਿਜ਼ਲਟ ਦੀ ਬ੍ਰੇਕ ਸ਼ੂਜ਼ ਆਰ ਐਕਸਪੈਂਡਡ ਆਊਟਵਰਡ ਐਂਡ ਕਮ ਇਨ ਟੂ ਦੀ ਕੰਟੈਕਟ ਵਿਦ ਦੀ ਬ੍ਰੇਕ ਡਰਮ, ਇਨ ਦਿਸ ਵੇ ਬ੍ਰੇਕਸ ਆਰ ਅਪਲਾਈਡ। ਜਦੋਂ ਬ੍ਰੇਕ ਸ਼ੂ ਦੇ ਲੂਜ਼ ਵਾਲੇ ਐਂਡ ਦੇ ਉੱਤੇ ਪ੍ਰੈਸ਼ਰ ਪਿਆ, ਉਹ ਪ੍ਰੈਸ਼ਰ ਪੈਣ ਦੇ ਨਾਲ ਕੀ ਹੋਇਆ, ਸ਼ੂ ਜਿਹੜੇ ਸੀਗੇ ਬ੍ਰੇਕ ਡਰਮ ਨੂੰ ਟੱਚ ਕੀਤੇ। ਜਦੋਂ ਸ਼ੂ ਬ੍ਰੇਕ ਡਰਮ ਨੂੰ ਟੱਚ ਕਰਨਗੇ ਉਦੋਂ ਬ੍ਰੇਕਸ ਕੀ ਹੋਣਗੀਆਂ, ਅਪਲਾਈ ਹੋਣਗੀਆਂ, ਬ੍ਰੇਕਸ ਲੱਗਣਗੀਆਂ। ਵੈਨ ਦੀ ਬ੍ਰੇਕ ਪੈਡਲ ਇਜ਼ ਰਿਲੀਜ਼ਡ, ਜਦੋਂ ਬ੍ਰੇਕ ਪੈਡਲ ਨੂੰ ਛੱਡਿਆ ਜਾਏਗਾ, ਜਿਹੜਾ ਰਿਟਰੈਕਟਿੰਗ ਸਪਰਿੰਗ ਲੱਗਾ ਹੈ ਉਹ ਕੀ ਕਰੇਗਾ, ਬ੍ਰੇਕ ਸ਼ੂ ਨੂੰ ਕਲੋਜ਼ ਕਰ ਦੇਗਾ ਅਤੇ ਵਾਪਸ ਆਪਣੀ ਜਗ੍ਹਾ 'ਤੇ ਲਿਆਏਗਾ, ਅਤੇ ਪਿਸਟਨ ਜਿਹੜੇ ਨੇ ਉਹਦੇ ਵੀਲ ਸਿਲੰਡਰ ਦੇ ਪਿਸਟਨ ਜਿਹੜੇ ਨੇ ਉਹ ਆਪਣੀ ਜਗ੍ਹਾ 'ਤੇ ਵਾਪਸ ਚਲੇ ਜਾਣਗੇ, ਆਪਣੀ ਜਗ੍ਹਾ 'ਤੇ ਜਿੱਥੋਂ ਪਹਿਲੇ ਸੀਗੇ ਉਸ ਜਗ੍ਹਾ 'ਤੇ ਵਾਪਸ ਚਲੇ ਜਾਣਗੇ। ਇਨਵਰਡ ਗੋਇੰਗ ਵੀਲ ਸਿਲੰਡਰ ਪਿਸਟਨਸ ਡਿਵੈਲਪ ਬੈਕ ਪ੍ਰੈਸ਼ਰ ਐਂਡ ਫੋਰਸ ਬੈਕ ਦੀ ਫਲੂਇਡ ਇਨ ਟੂ ਦੀ ਮਾਸਟਰ ਸਿਲੰਡਰ। ਜਦੋਂ ਸਪਰਿੰਗ ਨੇ ਬ੍ਰੇਕ ਸ਼ੂ ਨੂੰ ਵਾਪਸ ਲਿਆਂਦਾ, ਸਪਰਿੰਗ ਕੀ ਕਰਦੇ ਪਏ ਨੇ, ਬ੍ਰੇਕ ਸ਼ੂ ਨੂੰ ਵਾਪਸ ਲੈ ਕੇ ਆਉਂਦੇ ਪਏ ਨੇ। ਜਦੋਂ ਸਪਰਿੰਗ ਬ੍ਰੇਕ ਸ਼ੂ ਨੂੰ ਵਾਪਸ ਲੈ ਕੇ ਆਉਣਗੇ ਉਦੋਂ ਕੀ ਹੋਏਗਾ, ਸਪਰਿੰਗ ਦੇ ਵਿੱਚ ਜਿਹੜੀ ਐਨਰਜੀ ਸਟੋਰ ਹੋਈ ਸੀਗੀ ਨਾ, ਉਹ ਐਨਰਜੀ ਬਾਹਰ ਨਿਕਲੇਗੀ, ਉਹ ਐਨਰਜੀ ਬਾਹਰ ਨਿਕਲ ਕੇ ਵੀ ਸਿਲੰਡਰ ਦੇ ਪਿਸਟਨ ਦੇ ਉੱਤੇ ਪਏਗੀ। ਵੀ ਸਿਲੰਡਰ ਦੇ ਪਿਸਟਨ ਦੇ ਉੱਪਰ ਜਦੋਂ ਐਨਰਜੀ ਪਏਗੀ, ਉਹ ਜਿਹੜਾ ਤੇਲ ਉਹਦੇ ਅੰਦਰ ਸੀਗਾ ਉਹ ਵਾਪਸ ਬੈਕ ਮਾਸਟਰ ਸਿਲੰਡਰ ਵੱਲ ਚਲਾ ਜਾਏਗਾ। ਇਨ ਦਿਸ ਵੇ ਬ੍ਰੇਕਸ ਆਰ ਰਿਲੀਜ਼ਡ। ਇਸ ਤਰ੍ਹਾਂ ਬ੍ਰੇਕਸ ਜਿਹੜੀਆਂ ਉਹਨੂੰ ਅਸੀਂ ਰਿਲੀਜ਼ ਕਰ ਸਕਦੇ ਹਾਂ। ਜੇ ਆਪਾਂ ਮੇਨ ਕੰਪੋਨੈਂਟਸ ਆਫ ਹਾਈਡਰੋਲਿਕ ਬ੍ਰੇਕ ਸਿਸਟਮ ਆਰ ਵੀਲ ਸਿਲੰਡਰ ਐਂਡ ਮਾਸਟਰ ਸਿਲੰਡਰ। ਜਿਹੜੇ ਮੇਨ ਕੰਪੋਨੈਂਟਸ ਨੇ ਹਾਈਡਰੋਲਿਕ ਬ੍ਰੇਕ ਸਿਸਟਮ ਦੇ, ਉਹ ਕੀ ਨੇ, ਵੀਲ ਸਿਲੰਡਰ ਅਤੇ ਮਾਸਟਰ ਸਿਲੰਡਰ। ਇਹਨੂੰ ਅੰਡਰਸਟੈਂਡ ਕਰਨ ਦੇ ਲਈ, ਇਹਨੂੰ ਸਮਝਣ ਦੇ ਲਈ ਸਾਨੂੰ ਕੰਪਲੀਟ ਹਾਈਡਰੋਲਿਕ ਬ੍ਰੇਕ ਦੇ ਵਿੱਚ ਵੀਲ ਸਿਲੰਡਰ ਅਤੇ ਮਾਸਟਰ ਸਿਲੰਡਰ ਨੂੰ ਸਟੱਡੀ ਕਰਨਾ ਪਏਗਾ। ਉਹ ਅਸੀਂ ਅਗਲੇ ਲੈਕਚਰ ਦੇ ਵਿੱਚ ਸੈਪਰੇਟਲੀ ਡਿਸਕਸ ਕਰਾਂਗੇ ਵੀ ਮਾਸਟਰ ਸਿਲੰਡਰ ਕਿੱਦਾਂ ਕੰਮ ਕਰਦਾ ਹੈ ਅਤੇ ਵੀਲ ਸਿਲੰਡਰ ਕਿੱਦਾਂ ਕੰਮ ਕਰਦਾ ਹੈ। ਸੋ ਫਿਲਹਾਲ ਅੱਜ ਲਈ ਇੰਨਾ ਹੀ, ਜਿਹਦੇ 'ਚ ਅਸੀਂ ਹਾਈਡਰੋਲਿਕ ਬ੍ਰੇਕ ਬਾਰੇ ਸਟੱਡੀ ਕੀਤਾ ਹੈ। ਓਕੇ, ਥੈਂਕ ਯੂ।